ਕੀ ਨਾਮ ਤੁਹਾਡਾ ਕੀ ਵਰਤੋਂ ਤੁਸੀਂ ਕਰਦੇ ਹੋ? ਭਾਈ ਜੀ ਮੇਰਾ ਨਾਮ ਨਾਨਕ ਸਿੰਘ ਆ, ਮੈਂ ਇੱਥੇ ਡਿਊਟੀ ਕਰਦਾ। ਅਤੇ ਭਾਅ ਜੀ ਮੈਂ ਡਿਊਟੀ ਕਰਦਾ ਸੀ ਅਤੇ ਲੋਕ ਭੱਜੇ ਆਉਂਦੇ ਸੀ ਇੱਧਰ ਨੂੰ, ਮੈਂ ਵੇਖਿਆ ਅਤੇ ਮੈਨੂੰ ਆਉਂਦੇ, ਮੈਂ ਜਦੋਂ ਗੇਟ 'ਤੇ ਆਇਆ ਭੱਜ ਕੇ, ਮੈਨੂੰ ਆਉਂਦੇ ਕਿਸੇ ਬੰਦੇ ਨੇ ਅੱਗ ਲਾ ਲਈ ਆਪਣੇ ਆਪ ਨੂੰ। ਫਿਰ ਮੈਂ ਉਹ ਲਿਆਂਦਾ ਸਿਆਣਾ ਸਿਰ, ਮੈਂ ਬੁਝਾਉਣ ਦੀ ਫੁੱਲ ਕੋਸ਼ਿਸ਼ ਕੀਤੀ ਜਾਨ ਬਚਾਉਣ ਦੀ, ਪਰ ਨਹੀਂ, ਅੱਗੇ ਗੜੀ ਮਹਾਰਾਜ ਨਹੀਂ ਬਚੀ ਮਹਾਰਾਜ, ਬਸ ਇੰਨਾ ਹੀ ਮੈਂ ਮੁੜ ਕੇ। ਹਾਂਜੀ, ਅਤੇ ਆਪਣਾ ਕਿੰਨੀ ਕੁ ਉਮਰ ਲੱਗਦੀ ਹੈ? ਇਹਦੀ ਉਮਰ ਤਕਰੀਬਨ ਹੋਊਗੀ 60-70 ਸਾਲ ਦੇ ਲੱਗ ਗਏ, ਬਜ਼ੁਰਗ ਆ, ਸ੍ਰੀ ਸਾਹਿਬ ਪਾਇਆ ਨੇ। ਹਾਂਜੀ, ਕੁਝ ਬੋਲਿਆ ਸੀ ਜਾਂ ਸੁਣਿਆ? ਨਹੀਂ ਨਹੀਂ, ਕੁਝ ਨਹੀਂ ਸੁਣਿਆ, ਮੈਂ ਤਾਂ ਸਿਰਫ ਲੋਕ ਜਦੋਂ ਭੱਜ ਗਏ ਉਦੋਂ ਲੈ ਕੇ ਆਇਆ ਅੱਗ ਬੁਝਾਉਣ ਵਾਸਤੇ। ਹਾਂਜੀ, ਪਹਿਲੇ ਲੋਕ ਇਕੱਠੇ? ਹਾਂਜੀ, ਬੋਤਲ ਪੈਟਰੋਲ ਦੀ? ਪੈਟਰੋਲ ਦੀ ਬੋਤਲ ਹੀ। ਹਾਂਜੀ, ਉਹ ਪਾ ਕੇ ਆਪਣੇ ਆਪ ਹੀ ਲਾ ਲਈ? ਆਪਣੇ ਆਪ ਤੀਰ ਲਾ ਲਈ। ਹਾਂਜੀ ਸਰ, ਇਹ ਕਿੱਥੋਂ ਦੀ ਵਰਦਾ ਦਾ ਕੀ ਗੱਲ ਹੋਈ ਇੱਥੇ ਕੋਲ? ਇਹ ਡੀਸੀ ਆਫਿਸ ਦੇ ਸਾਹਮਣੇ ਆ ਜੀ, ਇਹ ਬੰਦਾ ਅੰਦਰੋਂ ਨਿਕਲਿਆ ਵਾ ਅਤੇ ਇਹਦੇ ਹੱਥ 'ਚ ਪੈਟਰੋਲ ਦੀ ਬੋਤਲ ਸੀਗੀ, ਇਹਨੇ ਆਪਣੇ ਆਪ ਤੇਲ ਪਾ ਕੇ ਅਤੇ ਮਾਚਿਸ ਨਾਲ ਆਪਣੇ ਅੱਗ ਲਾ ਲਈ ਆ। ਅਤੇ ਇੱਥੇ ਮੌਕੇ 'ਤੇ ਡੀਸੀ ਆਫਿਸ ਦਾ ਨਾਨਕ ਸਿੰਘ ਆ, ਜਦੋਂ ਇਹਨੇ ਵੇਖਿਆ ਅੱਗ ਲੱਗੀ, ਇਹਨੇ ਅੰਦਰੋਂ ਫਾਇਰ ਬ੍ਰਿਗੇਡ ਲਿਆ ਕੇ ਉਹਦੇ ਨਾਲ ਆ ਕੇ ਫਟਾਫਟ ਇਹਨੇ ਅੱਗ ਬੁਝਾਈ ਆ, ਪਰ ਅੱਗ ਇੱਧਰ ਤੱਕ ਜਿਹੜਾ ਬੰਦਾ ਇਹਦੀ ਡੈਥ ਹੋ ਜਾਂਦੀ ਹੈ। ਨਾਲ ਕੋਈ ਗਿਆ ਸੀ? ਨਹੀਂ, ਇਕੱਲਾ ਸੀਗਾ, ਨਾਲ ਕੋਈ ਨਹੀਂ ਹੈਗਾ। ਉਮਰ ਆਈਡੀਆ ਵੇਖ ਲਓ ਤੁਸੀਂ, ਕਿੰਨੇ ਕੁ? 60 ਸਾਲ ਦੱਸਦੇ ਹੋ? ਅਜੇ ਨਹੀਂ, ਅਜੇ ਹੁਣ ਡੈਡ ਬੋਡੀ ਉੱਥੇ ਹਸਪਤਾਲ ਰੱਖਾਉਂਦੇ ਹਾਂ ਪਹਿਚਾਣ ਲਈ, 72 ਘੰਟੇ ਵਾਸਤੇ ਉੱਥੇ ਰਖਾਵਾਂਗੇ ਜੀ, ਉੱਥੇ ਮੈਂ ਪਹਿਚਾਣ ਲਈ ਪੇਪਰ 'ਚ ਦਿੰਦੇ ਹਾਂ। ਅਤੇ ਕੀ ਨਾਮ ਤੁਹਾਡਾ, ਕੀ ਵਰਤੋਂ ਤੁਸੀਂ ਕਰਦੇ? ਭਾਅ ਜੀ ਮੇਰਾ ਨਾਮ ਨਾਨਕ ਸਿੰਘ ਆ, ਮੈਂ ਇੱਥੇ ਡਿਊਟੀ ਕਰਦਾ। ਅਤੇ ਭਾਅ ਜੀ ਮੈਂ ਡਿਊਟੀ ਕਰਦਾ ਸੀ ਅਤੇ ਲੋਕ ਭੱਜੇ ਆਉਂਦੇ ਸੀ ਇੱਧਰ ਨੂੰ, ਮੈਂ ਵੇਖਿਆ ਅਤੇ ਮੈਨੂੰ ਆਉਂਦੇ, ਮੈਂ ਜਦੋਂ ਗੇਟ 'ਤੇ ਆਇਆ ਭੱਜ ਕੇ, ਮੈਨੂੰ ਆਉਂਦੇ ਕਿਸੇ ਬੰਦੇ ਨੇ ਅੱਗ ਲਾ ਲਈ ਆਪਣੇ ਆਪ ਨੂੰ। ਫਿਰ ਮੈਂ ਉਹ ਲਿਆਂਦਾ ਸਿਆਣਾ ਸਿਰ, ਮੈਂ ਬੁਝਾਉਣ ਦੀ ਫੁੱਲ ਕੋਸ਼ਿਸ਼ ਕੀਤੀ ਜਾਨ ਬਚਾਉਣ ਦੀ, ਪਰ ਨਹੀਂ, ਅੱਗੇ ਗੜੀ ਮਹਾਰਾਜ ਨਹੀਂ ਬਚੀ ਮਹਾਰਾਜ, ਬਸ ਇੰਨਾ ਹੀ ਮੈਂ ਮੁੜ ਕੇ। ਹਾਂਜੀ, ਅਤੇ ਆਪਣਾ ਕਿੰਨੀ ਕੁ ਉਮਰ ਲੱਗਦੀ ਹੈ? ਇਹਦੀ ਉਮਰ ਤਕਰੀਬਨ ਹੋਊਗੀ 60-70 ਸਾਲ ਦੇ ਲੱਗ ਗਏ, ਬਜ਼ੁਰਗ ਆ, ਸ੍ਰੀ ਸਾਹਿਬ ਪਾਇਆ ਨੇ। ਹਾਂਜੀ, ਕੁਝ ਬੋਲਿਆ ਸੀ ਜਾਂ ਸੁਣਿਆ? ਨਹੀਂ ਨਹੀਂ, ਕੁਝ ਨਹੀਂ ਸੁਣਿਆ, ਮੈਂ ਤਾਂ ਸਿਰਫ ਲੋਕ ਜਦੋਂ ਭੱਜ ਗਏ ਉਦੋਂ ਲੈ ਕੇ ਆਇਆ ਅੱਗ ਬੁਝਾਉਣ ਵਾਸਤੇ। ਹਾਂਜੀ, ਪਹਿਲੇ ਲੋਕ ਇਕੱਠੇ? ਹਾਂਜੀ, ਬੋਤਲ ਪੈਟਰੋਲ ਦੀ? ਪੈਟਰੋਲ ਦੀ ਬੋਤਲ ਹੀ। ਹਾਂਜੀ, ਆਪਣੇ ਆਪ ਤੀਰ ਲਾ ਲਈ। ਹਾਂਜੀ ਇਹ ਡੀਸੀ ਆਫਿਸ ਦੇ ਸਾਹਮਣੇ ਆ ਜੀ, ਇਹ ਬੰਦਾ ਅੰਦਰੋਂ ਨਿਕਲਿਆ ਵਾ ਅਤੇ ਇਹਦੇ ਹੱਥ 'ਚ ਪੈਟਰੋਲ ਦੀ ਬੋਤਲ ਸੀਗੀ, ਇਹਨੇ ਆਪਣੇ ਆਪ ਤੇਲ ਪਾ ਕੇ ਅਤੇ ਮਾਚਿਸ ਨਾਲ ਆਪਣੇ ਅੱਗ ਲਾ ਲਈ ਆ। ਅਤੇ ਇੱਥੇ ਮੌਕੇ 'ਤੇ ਡੀਸੀ ਆਫਿਸ ਦਾ ਨਾਨਕ ਸਿੰਘ ਆ, ਜਦੋਂ ਇਹਨੇ ਵੇਖਿਆ ਅੱਗ ਲੱਗੀ, ਇਹਨੇ ਅੰਦਰੋਂ ਫਾਇਰ ਬ੍ਰਿਗੇਡ ਲਿਆ ਕੇ ਉਹਦੇ ਨਾਲ ਆ ਕੇ ਫਟਾਫਟ ਇਹਨੇ ਅੱਗ ਬੁਝਾਈ ਆ, ਪਰ ਅੱਗ ਇੱਧਰ ਤੱਕ ਜਿਹੜਾ ਬੰਦਾ ਇਹਦੀ ਡੈਥ ਹੋ ਜਾਂਦੀ ਹੈ। ਨਾਲ ਕੋਈ ਗਿਆ ਸੀ? ਨਹੀਂ, ਇਕੱਲਾ ਸੀਗਾ, ਨਾਲ ਕੋਈ ਨਹੀਂ ਹੈਗਾ। ਉਮਰ ਆਈਡੀਆ ਵੇਖ ਲਓ ਤੁਸੀਂ, ਕਿੰਨੇ ਕੁ? 60 ਸਾਲ ਦੱਸਦੇ ਹੋ? ਅਜੇ ਨਹੀਂ, ਅਜੇ ਹੁਣ ਡੈਡ ਬੋਡੀ ਉੱਥੇ ਹਸਪਤਾਲ ਰੱਖਾਉਂਦੇ ਹਾਂ ਪਹਿਚਾਣ ਲਈ, 72 ਘੰਟੇ ਵਾਸਤੇ ਉੱਥੇ ਰਖਾਵਾਂਗੇ ਜੀ, ਉੱਥੇ ਮੈਂ ਪਹਿਚਾਣ ਲਈ ਪੇਪਰ 'ਚ ਦਿੰਦੇ ਹਾਂ। ਅਤੇ